ਅਸੀਕਾਲ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੀ ਹੋਵੋਗੇ ਮੈਂ ਸਿੱਧੂ ਮਰਾਜ ਤੁਸੀਂ ਦੇਖ ਰਹੇ ਸਿੱਧੂ ਮਰਾਜ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਬਾਈ ਆਪਣੇ ਨਾਲ ਖੜੇ ਨੇ ਹਨਾ ਤੇ ਜਿਹੜੇ ਆਪਣੇ ਪਹਿਲਾਂ ਵੀਡੀਓ ਦੇਖ ਰਹੇ ਨੇ ਆਪਣੇ ਭਰਾ ਤੇ ਉਹ ਤਾਂ ਬਾਈ ਨੂੰ ਪਛਾਣ ਹੀ ਗਏ ਹੋਣਗੇ ਹਨਾ ਬਾਈ ਮਣੀ ਫੁਰਮੀ ਜੀ ਤੇ ਤੁਸੀਂ ਪਹਿਲਾਂ ਜਿਹੜੀ ਵੀਡੀਓ ਦੇਖੀ ਹੈ ਨਾ ਟਰੈਕਟਰ ਹੁੜਸ ਵਾਲੀ ਯੂਪ ਐਪ ਉੱਤੇ ਬਾਈ ਦਾ ਸਾਰਾ ਘਰ ਹੀ ਟਰੈਕਟਰ ਹੁੜਸ ਨਾਲ ਭਰਿਆ ਪਿਆ ਹੈਗਾ ਹਨਾ ਤੇ ਜਿੰਨਾ ਤੋਂ ਬਾਈ ਨੇ ਟਰੈਕਟਰ ਹੁੜ ਲਵਾਏ ਆ ਮਿਊਜ਼ਿਕ ਸਿਸਟਮ ਲਵਾਏ ਨੇ ਹਨਾ ਤੇ ਉਹਨਾਂ ਦੇ ਵੀ ਮੈਨੂੰ ਫੋਨ ਆਉਂਦੇ ਰਹਿੰਦੇ ਨੇ ਕਹਿੰਦੇ ਬਹੁਤ ਵਧੀਆ ਸਿਸਟਮ ਚੱਲਦਾ ਬਾਈ ਦਾ ਤੇ ਇਸੇ ਕਰਕੇ ਆਪਾਂ ਅੱਜ ਬਾਈ ਕੋਲੇ ਦੁਬਾਰੇ ਆਏ ਆ ਜੀ ਤੇ ਟਰੈਕਟਰ ਹੁੱਡ ਮਿਊਜ਼ਿਕ ਸਿਸਟਮ ਹੋ ਗਏ ਜਿਵੇਂ ਹਨਾ ਅੱਜ ਆਪਾਂ ਕੱਲੇ ਤੁਹਾਨੂੰ ਹੁੱਡ ਦਿਖਾਵਾਂਗੇ ਉਹਨਾਂ ਦਾ ਰੇਟ ਦੱਸਾਂਗੇ ਕੀ ਗੱਲਬਾਤ ਆ ਕੀ ਸਿਸਟਮ ਹੈਗਾ ਸਾਰਾ ਸਾਰਾ ਕੁਝ ਬਾਈ ਤੋਂ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤਾਂ ਤੁਹਾਡਾ ਫਾਇਦਾ ਬਹੁਤ ਹੋਣ ਵਾਲਾ ਅੱਜ ਨਵਾਂ ਸਟਾਕ ਆਇਆ ਬਾਈ ਕੋਲੇ ਤੇ ਪੂਰੀ ਬਾਈ ਕਹਿੰਦੇ ਬਸ ਗਰਦ ਕੱਢੀ ਪਈ ਆ ਪੂਰੀ ਹਨਾ ਬਾਈ ਜੀ ਅੱਛੀ ਗੱਲ ਹੈ ਜੀ ਹੋਰ ਜੀ ਠੀਕ ਹੋ ਬਹੁਤ ਵਧੀਆ ਜੀ ਪਹਿਲਾਂ ਬਾਈ ਆਪਾਂ ਨਾਂ ਦੱਸੋ ਜੀ ਸਾਰਿਆਂ ਨੂੰ ਤੇ ਡਰੈਸ ਦੱਸ ਦਿਓ ਜੀ ਆਪਣੀ ਜਿਹੜੀ ਸ਼ੌਪ ਦਾ ਡਰੈਸ ਕੀ ਹੈ ਜੀ ਹਨਾ ਹੁਣ ਆਪਾਂ ਬਾਈ ਦੇ ਘਰੇ ਖੜੇ ਆ ਸਾਰਾ ਘਰ ਭਰਿਆ ਪਿਆ ਹਨਾ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਹਾਂਜੀ ਸਤਰੀਆਂ ਪਈਆਂ ਸਾਰੀਆਂ ਜਿਵੇਂ ਕਹਿ ਦਈਏ ਹਨਾ ਜੀ ਤੇ ਇੱਕ ਡਰੈਸ ਦੱਸ ਦਿਓ ਜੀ ਆਪਣਾ ਨਾਮ ਦੱਸੋ ਜੀ ਸਾਰਾ ਕੁਝ ਆਪਣੇ ਪਹਿਲਾਂ ਜੀ ਤੇ ਫਿਰ ਆਪਾਂ ਦੱਸ ਦਿਆਂ ਜੀ ਸਾਰਾ ਸਿਲਸਿਲਾ ਜੀ ਅਸੀਂ ਗੱਲ ਦੋਸਤੋ ਮੇਰਾ ਨਾਮ ਤਾਂ ਤੁਸੀਂ ਸਾਰੇ ਜਾਣਦੇ ਹੋਗੇ ਨਾਮ ਮੇਰਾ ਹੈ ਮਣੀ ਖੁਰਮੀ ਫਰੋਮ ਰਾਮਪੁਰਾ ਕੋਲ ਆਪਣੀ ਸ਼ਹਿਰ 'ਚ ਰਾਮਪੁਰ ਸ਼ਹਿਰ 'ਚ ਦੁਕਾਨ ਆ ਗਈ ਖੁਰਮੀ ਮਿਊਜ਼ਿਕ ਸੈਂਟਰ ਦੇ ਨਾਂ 'ਤੇ ਠੀਕ ਹੈ ਜੀ ਸਾਡੇ ਕੋਲ ਕੋਈ ਵੀ ਛਤਰੀ ਲੈਣੀ ਹੋਵੇ ਕਿਸੇ ਵੀ ਟਰੈਕਟਰ ਦੀ ਸਾਡੇ ਕੋਲ ਅਵੇਲੇਬਲ ਮਿਲੂਗੀ ਐਂ ਨਹੀਂ ਤੁਹਾਨੂੰ ਕਹਾਂਗੇ ਵੀ ਔਰਡਰ 'ਤੇ ਤਿਆਰ ਹੋਊਗੀ ਜੀ ਵੀ ਆਪਾਂ ਤੁਹਾਨੂੰ ਟਾਈਮ ਲਾ ਕੇ ਕਹਾਂਗੇ ਸਾਰਾ ਕੁਝ ਅਵੇਲੇਬਲ ਹੋਊ ਨਾ ਉਹਦੇ ਨਾਲ ਫਿੱਟ ਕਰਨਾ ਕੱਲਾ ਫਿੱਟ ਹੀ ਕਰਨਾ ਹੋਊ ਬਸ ਕੱਲਾ ਸਿਸਟਮ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਇੱਕ ਬਾਈ ਜਿਵੇਂ ਕਹਿ ਦਿਓ ਹਨਾ ਵੀ ਤੁਸੀਂ ਘਰੇ ਜਾ ਕੇ ਵੀ ਅਗਲੇ ਦੇ ਫਿੱਟ ਕਰ ਦਿੰਦੇ ਹੋ ਜੀ ਹਾਂ ਜੀ ਘਰੇ ਜਾ ਕੇ ਫਿੱਟ ਕਰ ਦਿੰਦੇ ਐਂ ਜੇ ਬਾਹਲਾ ਦੂਰ ਹੋਵੇ ਫਿਰ ਅਗਲੇ ਨੂੰ ਭੇਜ ਦਿੰਦੇ ਹੈਗੇ ਕਲੀ ਛਤਰੀ ਦੇ ਕੇ ਨਾਲ ਉਹਨਾਂ ਦੀ ਫਿਟਿੰਗ ਦੇ ਸਾਰਾ ਕੁਝ ਦੱਸ ਦਿੰਦੇ ਵੀ ਐਂ ਫਿੱਟ ਹੋਊਗਾ ਠੀਕ ਹੈ ਬਰਸ਼ਾ ਤੋਂ ਫਿੱਟ ਕਰਾ ਸਕਦਾ ਮਤਲਬ ਸੋਕੂ ਹੀ ਫਿੱਟ ਹੋ ਜਾਂਦੀ ਹੈ ਸੋਕੇ ਬਾਕੀ ਸਾਰੇ ਪੈਰ ਪੂਰ ਲੱਗੇ ਹੋਏ ਨੇ ਸਾਰੇ ਬਾਕੀ ਆਪਾਂ ਦਿਖਾਉਣੇ ਆ ਸਾਰਾ ਕਿਵੇਂ ਫਿੱਟ ਹੋਊਗਾ ਨਾ ਜੀ ਸਾਰਾ ਕੁਝ ਦੱਸ ਦੇਣਾ ਹਾਂਜੀ ਵੀ ਕਈ ਵਾਰੀ ਕਿਸੇ ਨੇ ਘਰੇ ਵੀ ਫਿੱਟ ਕਰਦੇ ਹੁੰਦੀ ਆ ਬਾਈ ਤੁਹਾਨੂੰ ਵੀਡੀਓ 'ਚ ਸਮਝਾ ਦੇਣਗੇ ਵੀ ਭਾਈ ਘਰੇ ਜਾ ਕੇ ਆ ਨਾਟਕ ਕਰ ਕੇ ਐਂ ਫਿੱਟ ਹੋ ਜੂਗੀ ਹਨਾ ਬਰਸ਼ਾ ਤੋਂ ਫਿੱਟ ਹੋ ਜਾਂਦੀ ਹੈ ਹਾਂਜੀ ਠੀਕ ਲਓ ਜੀ ਆਪਾਂ ਦਿਖਾਈਏ ਜੀ ਸਾਰਾ ਕੁਝ ਹਾਂਜੀ ਚਲੋ ਹਾਂਜੀ ਲੋ ਆਪਾਂ ਬਾਈ ਦੇ ਘਰੇ ਖੜੇ ਆ ਜੀ ਤੇ ਤੁਸੀਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਸਾਰਾ ਘਰ ਜਿਵੇਂ ਆਪਾਂ ਇੱਥੋਂ ਸ਼ੁਰੂ ਤੋਂ ਸਟਾਰਟ ਕਰਾਂਗੇ ਬਾਈ ਦੇ ਗੇਟ ਤੋਂ ਹਨਾ ਤੇ ਆਪਾਂ ਜਮਾਂ ਲਾਸਟ ਤੱਕ ਆਪਾਂ ਨੂੰ ਹੁੱਡ ਦੇ ਪਏ ਦਿਸਣਗੇ ਸਾਰਾ ਟਰੈਕਟਰ ਮੋਡੀਫਿਕੇਸ਼ਨ ਦਾ ਸਮਾਨ ਪਿਆ ਦਿਸੂਗਾ ਪਹਿਲਾਂ ਬੈਂਪਰ ਪਏ ਨੇ ਆਪਣੇ ਸਾਹਮਣੇ ਆਪਾਂ ਬੰਪਰ ਤੋਂ ਸਟਾਰਟ ਕਰਦੇ ਹਾਂ ਕੀ ਗੱਲਬਾਤ ਆ ਬਾਈ ਜੀ ਕਿਹੜੇ ਟਰੈਕਟਰ ਦਾ ਕਿੰਨਾ ਭਾਰ ਆ ਇਹਦੇ 'ਚ ਕੀ ਸਿਸਟਮ ਆਈ ਇਹ ਜੀ ਇਹ ਸਰਦਾਰ ਟਰੈਕਟਰ ਦਾ ਬੰਪਰ ਹੈ ਜੀ ਪੁਰਾਣੇ ਮਾਡਲ ਦਾ ਪੁਰਾਣੇ ਦੇ ਮਤਲਬ ਕਿਹੜਾ ਮਾਡਲ ਹੋਊਗਾ ਜੀ ਉਹ ਬਸ 12 ਮਾਡਲ ਮੰਨ ਕੇ ਚੱਲੋ 12 13 12 13 ਮਾਡਲ ਐਸਟੀਮੇਟ ਠੀਕ ਹੈ ਜੀ ਜਿਹੜੇ ਪੁਰਾਣੇ ਮਾਡਲ ਆ ਕੇ ਸਰ ਆਦੇ ਟਰੈਕਟਰ ਹਾਂ ਜੀ ਬੰਪਰ ਹੈਗਾ ਜੀ ਠੀਕ ਹੈ ਜੀ ਠੀਕ ਹੈ ਇਹ ਘੋੜਾ ਬੰਪਰ ਵੱਜਦਾ ਜੀ ਠੀਕ ਹੈ ਜੀ ਠੀਕ ਅੱਜ ਕੱਲ ਦੇ ਟ੍ਰੈਂਡ 'ਚ ਚੱਲਦਾ ਬੰਪਰ ਹੀ ਲੱਗਦੇ ਹੈਗੇ ਹੂੰ ਘੋੜਾ ਬੰਪਰ ਹਾਂ ਜੀ ਤੇ ਕਿੰਨਾ ਭਾਰ ਹੋਊ ਜੀ ਇਹਦਾ ਇਹਦਾ 75 ਕਿਲੋ ਹੈ ਜੀ ਠੀਕ ਹੈ ਜੀ 75 ਕਿਲੋ ਮਤਲਬ ਨਾਰਮਲ ਸਹੀ ਰਹਿੰਦਾ ਜੋ ਮੋਡੀਫਿਕੇਸ਼ਨ ਕਰਦੇ ਆ ਵਧੀਆ ਸੋਹਣਾ ਲੱਗਦਾ ਜੀ 75 ਕਿਲੋ ਕੋਈ ਬਾਕੀ ਡਿਪੈਂਡ ਹੁੰਦਾ ਨਾ ਗਾਹਕ ਤੇ ਕਿਹੋ ਕਸਟਮਰ ਡਿਪੈਂਡ ਕਰਦਾ ਵੀ ਕਿਹੋ ਸਹੀ ਰੱਖੋ ਹਾਂ ਜੀ ਠੀਕ ਹੈ ਜਿਵੇਂ ਹੁਣ ਆ ਮਾਡਲ ਆ ਬੰਪਰ ਪਿਆ 80 ਕਿਲੋ ਦਾ ਕੋਈ ਏਸੀ ਦਾ ਇਹ ਨਵੇਂ ਮਾਡਲ ਦਾ ਇਹ ਪੁਰਾਣੇ ਮਾਡਲ ਹੈ ਹੂੰ ਇਹਨਾਂ ਦਾ ਫਰਕ ਹੁੰਦਾ ਨਾਲ ਚ ਸੱਲਾਂ ਦਾ ਵਰਕ ਹੁੰਦਾ ਹੈਗਾ ਠੀਕ ਹੈ ਸਿਸਟਮ ਹੋ ਸਕਦਾ ਸਿਸਟਮ ਹੋ ਸਕਦਾ ਠੀਕ ਹੈ ਜੀ ਬਾਕੀ ਇੱਥੇ ਸਪੋਰਟ ਲੱਗਦੀ ਹੈ ਮੂਰੇ ਹੂੰ ਇਹਦੇ ਵਿੱਚ ਵੀ ਨਟਕਸੇ ਜਾਂਦੇ ਨੇ ਮਤਲਬ ਪੱਕੇ ਕੁੱਕੇ ਚੜੇ ਜਾਂਦੇ ਆ ਜੀ ਆਏ ਨਹੀਂ ਵੀ ਪਤਲੇ ਤਿੰਨ ਨਾਟੀ ਲੱਗਦੇ ਨੇ ਹੂੰ 45 ਵੀ ਸੈਂਟਰ ਚ ਸਪੋਰਟ ਲੱਗਦੀ ਹੈ ਮਤਲਬ ਇਹਦੇ ਹੋ ਗਏ 1 2 3 4 5 6 7 8 9 10 11 12 15 ਨਟ ਹੋ ਗਏ ਜੀ ਹਾਂ ਵੇਲਦੇ ਨਹੀਂ ਬਸ ਜੱਕੀ ਬਣਿਆ ਜਾਂਦਾ ਸਿਰਾ ਹੋ ਜਾਂਦਾ ਕੰਮ ਹਾਂ ਤੇ ਇਧਰ ਜੂ ਪੈ ਪਈ ਇਧਰ ਹੁੱਡ ਪਏ ਨੇ ਕੀ ਗੱਲਬਾਤ ਆ ਬਾਈ ਕਿਹੜੇ ਟਰੈਕਟਰ ਦੀ ਜੂ ਪੈ ਪਈ ਇਹ ਜੂ ਕਬ ਸਰਦਾਰ ਟਰੈਕਟਰ ਦੀ ਠੀਕ ਹੈ ਜੀ ਇਹ 33 ਇੰਚ ਦਾ ਸਾਈਜ਼ ਹੁੰਦਾ ਸਵਰਾਜ ਦਾ ਸਨ ਹੁੰਦਾ ਮੁਰਾੜਾ ਸਨ ਹੁੰਦਾ ਹਾਂਜੀ 33 ਇੰਚ ਦੇ ਲੱਗਦਾ ਜੀ ਠੀਕ ਹੈ ਜੀ ਠੀਕ ਹੈ ਇਹ ਦੋ ਛਤਰੀਆਂ ਆਉਂਦੀ ਆਪਣੇ ਕੋਲ ਪ੍ਰੋਜੈਕਟ ਵਾਲੇ ਮਾਡਲ ਆ ਹਾਂਜੀ ਠੀਕ ਹੈ ਇਹ ਨਵੇਂ ਮਾਡਲ ਤਿਆਰ ਕੀਤੇ ਆਪਾਂ ਨੇ ਠੀਕ ਹੈ ਪੂਰੀ ਪੂਰੀ ਹੈਵੀ ਲੱਗੀ ਹੋਈ ਇਹਦੇ ਹਾਂਜੀ ਦਿਖਾ ਦਿੰਦੇ ਆ ਜੀ ਇਹ ਪ੍ਰੋਜੈਕਟਰ ਵਾਲਾ ਮਾਡਲ ਹੈ ਇਹ ਸਾਈਵਰ ਡਿਜ਼ਾਈਨਿੰਗ ਦੇ ਪ੍ਰੋਜੈਕਟਰ ਡਿਜ਼ਾਈਨਿੰਗ ਬਹੁਤ ਸੋਹਣੀ ਆ ਜੀ ਹਨਾ ਉਹ ਕਹਿੰਦੇ ਨਵੇਂ ਪ੍ਰੋਜੈਕਟ ਵਾਲੇ ਹੁੱਡ ਆਏ ਆ ਬਾਈ ਕੋਲੇ ਹਨਾ ਇਹ ਕਬੂਤਰ ਟਰੈਕਟਰ ਦਾ ਜੀ ਠੀਕ ਹੈ ਜੀ ਇਹ ਲਾ ਕੇ ਦੇਣਾ ਅੱਜ ਹੀ ਲਾ ਕੇ ਦੇਣਾ ਜੀ ਠੀਕ ਹੈ ਜੀ ਲੋ ਬਾਈ ਕਹਿੰਦੇ ਲੱਗ ਗਿਆ ਇਹ ਤਾਂ ਫਿਰ ਅੱਜ ਕਬੂਤਰ ਤੇ ਸਾਜ ਗਿਆ ਹੈ ਤੇ ਆ ਪ੍ਰੋਜੈਕਟਰ ਵਾਲੀ ਨਵੇਂ ਜਿਵੇਂ ਲਾਟੂ ਕਹੇ ਨੇ ਆਪਾਂ ਪੰਜਾਬੀ ਚ ਲਾਟੂ ਵਾਲੀ ਹੁੱਡ ਆ ਗਈ ਹਨਾ ਜੀ ਇਹ ਆਰਡਰ ਤੇ ਤਿਆਰ ਹੋਣਾ ਸਿਸਟਮ ਸਾਰੇ ਹਾਂਜੀ ਹੂੰ ਕਸਟਮਰ ਜਾਨ ਨੂੰ ਬੜਾ ਟਾਈਮ ਖੜਨਾ ਨਾ ਪਊਗਾ ਹਾਂ ਜੀ ਮਤਲਬ ਜਦੋਂ ਕਸਟਮਰ ਆ ਜਾਂਦਾ ਕਰ ਦਿੰਦੇ 2 ਘੰਟੇ ਚ ਵਿਹਲਾ ਜੀ ਹੈ ਠੀਕ ਹੈ ਜੀ ਤੇ ਲੋ ਬਾਈ ਨੇ ਆਪਾਂ ਨੂੰ ਲੈਮੀਨੇਸ਼ਨ ਲਾ ਕੇ ਦਿਖਾ ਦਈਏ ਹੁਡ ਹੈ ਕਲਰ ਸਾਰਾ ਪੂਰਾ ਵਧੀਆ ਹੈਗਾ ਸਿਸਟਮ ਹੈ ਠੀਕ ਹੈ ਕੱਚਾ ਹੈ ਕੰਮ ਨਹੀਂ ਹੈਗਾ ਹਾਂ ਜੀ ਤੇ ਬਾਈ ਜੀ ਪ੍ਰਾਈਸ ਦੀ ਕੀ ਗੱਲਬਾਤ ਆ ਜੀ ਇਹਨਾਂ ਦੀ ਅੱਜ ਮੈਂ ਬੰਪਰ ਦੀ ਆ ਜੂ ਪਾਈਪ ਹੋ ਗਿਆ ਹਾਂ ਜੀ ਪ੍ਰਾਈਸ ਆਪਾਂ ਨੂੰ ਇਹ 19,500 ਦਾ ਮਾਡਲ ਪੈਂਦਾ ਜੀ ਠੀਕ ਹੈ ਜੀ ਫਿੱਟ ਕਰਕੇ ਸਾਰਾ ਕੰਪਲੀਟ
ਤੇ ਆਪਣੇ ਜਿਹੜੇ ਬਲੌਗ ਦੇਖ ਕੇ ਆਉਣਗੇ ਉਹਨਾਂ ਲਈ ਖਾਸ ਡਿਸਕਾਊਂਟ ਜੀ ਕਰ ਦਾਂਗੇ ਕੋਈ ਜਿੰਨੇ ਮਾਨਤ ਨਾਲ ਜ਼ਰੂਰ ਕਰਾਂਗੇ ਬਾ ਜ਼ਰੂਰ ਕਰਨਾ ਜੀ ਹਨਾ ਤੇ ਕਸਟਮਰ ਆਉਣਗੇ ਜੀ ਆਪਣੇ ਬਲੌਗ ਦੇਖ ਕੇ ਤੇ ਬਾਈ ਕਹਿਣਗੇ ਜ਼ਰੂਰ ਮਾਨਤਾਨ ਕਰਨਗੇ ਹਨਾ ਆਪਾਂ ਸਿਰੇ ਨਹੀਂ ਇਹ ਜੀ ਗੱਲ ਨਹੀਂ ਹੈਗੀ ਹਾਂ ਜੀ ਹਾਂ ਜੀ ਉਹ ਤਾਂ ਘੱਟ ਚੱਲਦੀ ਰਹਿੰਦਾ ਕੋਈ ਹਾਂ ਜੀ ਸਹੀ ਉਹ ਤਾਂ ਜ਼ਿੰਦਗੀ ਚੱਲਦਾ ਹੀ ਰਹਿੰਦਾ ਜੀ ਤੇ ਆਹ ਹੁਣ ਆ ਤਿੰਨੇ ਹੁੱਡ ਕਿਹੜੇ ਟਰੈਕਟਰ ਦੀ ਆ ਗਈਆਂ ਜੀ ਇਹ ਜੋਂਡੀਆ ਟਰੈਕਟਰ ਦੀ ਆ ਠੀਕ ਹੈ ਜੀ ਇਹ ਵੀ ਪ੍ਰੋਜੈਕਟਰ ਵਾਲੀ ਇਹ ਵੀ ਪ੍ਰੋਜੈਕਟਰ ਵਾਲੀ ਹੈਗੀ ਅੱਜ ਕੱਲ ਪ੍ਰੋਜੈਕਟਰ ਵਾਲੇ ਮੋਡਲ ਹੀ ਜ਼ਿਆਦਾ ਸੋਹਣੇ ਲੱਗਦੇ ਆ ਟਰੈਕਟਰ ਹਾਂ ਜੀ ਕਿਉਂਕਿ ਲਾਈਟਾਂ ਵਗੈਰਾ ਲੱਗੀਆਂ ਹੁੰਦੀਆਂ ਮੂਹਰੇ ਪ੍ਰੋਜੈਕਟਰ ਜਗਦੇ ਹੁੰਦੇ ਆ ਜਦ ਤੱਕ ਕੰਮ ਪੂਰਾ ਬਹੁਤ ਸੋਹਣਾ ਲੱਗਦਾ ਤੇ ਇੱਕ ਵਾਈਟ ਕਲਰ ਦੀ ਪਈ ਹੈ ਇਹ ਕਿਹੜੇ ਟਰੈਕਟਰ ਦੀ ਇਹ ਹੋਲੈਂਡ ਦੀ ਕਾਪੀ ਛਤਰੀ ਜਿਹੜੀ ਉਹ ਚ ਵੱਜਦੀ ਠੀਕ ਹੈ ਕਾਪੀ ਮਤਲਬ ਜੀ ਮਤਲਬ ਕਿਹੜੇ ਹੋਲੈਂਡ ਟਰੈਕਟਰ ਜਿਹਨੂੰ ਛਤਰੀ ਲੱਗੀ ਹੁੰਦੀ ਉਹਦੀ ਕਾਪੀ ਹੁੰਦੀ ਹੈ ਜਿਵੇਂ ਉਹਦੇ ਕੱਟ ਵਗੈਰਾ ਨਹੀਂ ਹੁੰਦੇ ਜਸਟ ਹਾਂ ਜੀ ਇਹਦੇ ਮੂਹਰੇ ਬਾਰ ਲਾਈਟ ਲੱਗ ਜਾਂਦੀ ਹੈਗੀ ਠੀਕ ਹੈ ਉਹ ਸਿਸਟਮ ਹੈ ਤੋ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਹਜੇ ਤਾਂ ਆਪਾਂ ਗੇਟ 'ਚ ਹੀ ਖੜੇ ਆਂ ਹਜੇ ਬਹੁਤ ਤੁਹਾਨੂੰ ਬਹੁਤ ਕੁਝ ਦਿਖਾਉਣਾ ਉਹ ਦੇਖੋ ਲਾਸਟ ਤੱਕ ਉਹ ਪਿੱਛੇ ਉਧਰ ਪਿੱਛੇ ਇੱਕ ਬੈੱਡਰੂਮ ਪਿਆ ਉਹਦੇ 'ਚ ਬਾਈ ਨੇ ਹੁੱਡੀ ਤਾਂ ਰੱਖਿਆ ਬੈੱਡਰੂਮ 'ਚ ਹੈ ਫਿਰ ਤੁਹਾਨੂੰ ਹੋਰ ਦੱਸ ਦਿੰਦੇ ਆਪਾਂ ਜੇ ਪਹਿਲਾਂ ਵੀਡੀਓ ਬਣਾਈ ਸੀ ਪਹਿਲਾਂ ਪਿਛਲੀ ਵਾਰੀ ਹਾਂਜੀ ਤੇ ਉਹਨਾਂ ਆਰਡਰ ਆਇਆ ਸੀਗਾ ਬੰਦੇ ਉੱਤਰਾਖੰਡ 'ਚ ਭੇਜਣਾ ਹੀ ਆ ਬੰਪਰ ਅੱਛਾ ਜੀ ਉੱਤਰਾਖੰਡ ਲੇਜ਼ਰ ਕਟਿੰਗ ਕੀਤੀ ਵੇ ਇਹਦੀ ਜਿਵੇਂ ਦੂਜੇ ਬੰਪਰ ਜੋੜ ਹੈ ਜੀ ਜੋੜ ਨਹੀਂ ਹੈਗਾ ਬੰਪਰ ਤੇ ਦੇਖੋ ਨੇੜੇ ਕਰਕੇ ਠੀਕ ਹੈ ਦੂਜੇ ਬੰਪਰ 'ਚ ਇਹਦਾ ਕੋਈ ਜੋੜ ਨਹੀਂ ਲੇਜ਼ਰ ਕਟਿੰਗ ਵਾਲਾ ਬੰਪਰ ਹੈ ਮਤਲਬ ਸਿੱਧੀ ਮੋਟੀ ਚਾਦਰ ਤੋਂ ਹੀ ਕਟਿੰਗ ਹੋਈ ਹੋਈ ਹੈ ਇਹਦੀ ਹਾਂਜੀ ਲੇਜ਼ਰ ਨਾਲ ਕਟਿੰਗ ਹੁੰਦੀ ਹੈ ਉਹ ਜੋੜ ਨਹੀਂ ਹੁੰਦਾ ਵਿੱਚ ਇਹਦਾ ਠੀਕ ਹੈ ਜੀ ਇਹ ਫੋਰ ਟ੍ਰੈਕਟਰ ਦੇ ਲਾਉਣਾਗਾ ਜੀ ਆਪਾਂ ਤੇ ਕਦੋਂ ਭੇਜ ਰਹੇ ਉੱਤਰਾਖੰਡ ਇਹਨੂੰ ਜੀ ਇਹ ਕੱਲ ਭੇਜਣਾਗਾ ਜੀ ਠੀਕ ਹੈ ਜੀ ਛਤਰੀ ਭੇਜਣੇ ਨਾਲ ਠੀਕ ਹੈ ਜੀ ਦੋਨੇ ਕੁਛ ਹੀ ਭੇਜਣਾ ਤੇ ਇੱਕ ਆ ਪਿਛਲਾ ਬੰਪਰ ਬਲੈਕ ਕਲਰ ਦਾ ਇਹ ਜੀ ਇਹ ਵੀ ਸਵਰਾਜ ਦਾ ਜੀ ਸਵਰਾਜ ਦਾ ਇਹ ਨਵੇਂ ਮਾਡਲ ਦਾ ਠੀਕ ਹੈ ਜੀ ਤੇ ਇੱਧਰ ਵੀ ਜੂ ਪਏ ਪਏ ਨੇ ਕਾ ਕੀ ਬਾਈ ਆ ਤੋਪ ਜੀ ਕੀ ਰੱਖੀ ਬੈਠੇ ਹੋ ਜੀ ਇਹ ਸਲੈਂਸਰ ਹੈ ਜੀ ਅੱਛਾ ਇਹ ਕਿਹੜੇ ਵੇਰੇ ਟਰੈਕਟਰ ਦਾ ਗਈ ਸਲੈਂਸਰ ਹੋਲੈਂਡ ਦਾ ਗਈ ਜਾਲੀ ਵਾਲਾ ਸਲੈਂਸਰ ਹੈਗਾ ਇਹਨੂੰ ਖੋਲ ਕੇ ਦਿਖਾਓ ਬਾਈ ਇਹ ਲੈ ਮਿਲੇ ਲਾ ਕੇ ਪੂਰਾ ਹੈਵੀ ਸਹੀ ਚੀਜ਼ ਹੈ ਜੀ ਖੋਲੋ ਠੀਕ ਹੈ ਜੀ ਕਿੰਨਾ weight ਹੋ ਫਿਰ ਇਹਦਾ ਸਲੈਂਸਰ ਦਾ ਜੀ ਤੁਹਾਡੇ ਹਿਸਾਬ ਨਾਲ weight ਵੀਰੇ ਇਹਦਾ ਹੋਊਗਾ ਐਸਟੀਮੇਟ 7-8 ਕਿਲੋ ਦਾ ਹੋਊਗਾ ਆਰਾਮ ਨਾਲ 10-10 ਕਿਉਂ ਨਾ ਹੋਵੇ ਕਿਉਂਕਿ ਹੈਵੀ ਹੁੰਦਾ ਪੂਰਾ ਹੈਵੀ ਹੈ ਹਨਾ ਲੋ ਜੀ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਦਾ ਸਲੈਂਸਰ ਹੈ ਜੀ ਇਹ ਕਿੰਨੇ ਦਾ ਬਾਈ ਜੀ ਇਹ ਇਹ 2000 ਰੁਪਏ ਦਾ ਬੰਦਾ 2000 ਤੇ ਮੰਨ ਲਓ ਕੋਰੀਅਰ ਕਰਨਾ ਹੋਵੇ ਜੀ ਆਪਾਂ ਪੰਜਾਬ ਚ ਉਧਰ ਅੰਮ੍ਰਿਤਸਰ ਜਲੰਧਰ ਮੰਨੀ ਜੀ ਮਰਜ਼ੀ ਸਾਰੇ ਕਿਤੇ ਅਵੇਲੇਬਲ ਹੋਵੇ ਕੋਰੀਅਰ ਬੇਫਿਕਰ ਹੋ ਕੇ ਕਰ ਦੂੰਗਾ ਜੀ ਕਸਟਮਰ ਦੇ ਘਰੇ ਪਹੁੰਚੂਗਾ ਸਮਾਨ ਸਾਰੇ ਪਹਿਲਾਂ ਜਿੰਨਾ ਸਮਾਨ ਭੇਜਿਆ ਆਪਾਂ ਜਿਹੜਾ ਬੰਪਰ ਭੇਜਣਾ ਇਹ ਵੀ ਘਰੇ ਪਹੁੰਚੂਗਾ ਕਸਟਮਰ ਦੇ ਠੀਕ ਆ ਐ ਨਹੀਂ ਉੱਥੇ ਜਾ ਕੇ ਲੈ ਆਓ ਜੀ ਐ ਹਾਂ ਜੀ ਘਰੇ ਜਿੱਦਾਂ ਜਿਹੜਾ ਐਡਰੈਸ ਦੋਗੇ ਸੀ ਉਹ ਐਡਰੈਸ ਤੇ ਪਹੁੰਚੂਗਾ ਠੀਕ ਹੈ ਜੀ ਲੋ ਜੀ ਬਾਈ ਨੇ ਸੌਖਾ ਕਰਤਾ ਕੰਮ ਪੂਰਾ ਹੈ ਤੇ ਲੋ ਵੀ ਸਲੈਂਸਰ ਜੀ ਨੇ ਲੈਣਾ ਤੇ ਲੈ ਲਓ ਤੇ ਇੱਕ ਬਾਈ ਸਟੀਲ ਦੇ ਚੱਲੇ ਸੀਗੇ ਕਿਰਾਂ ਜੀ ਉਹ ਵੀ ਹੁੰਦੇ ਨੇ ਆਪਣੇ ਕੋਲ ਹਾਂਜੀ ਉਹ ਵੀ ਹੁੰਦੇ ਹੈਗੇ ਠੀਕ ਹੈ ਅੱਜ ਕੱਲ ਡਿਮਾਂਡ ਇਹਦੀ ਜ਼ਿਆਦਾ ਗਈ ਜੀ ਸਟੀਲ ਦੇ ਘਟ ਗਏ ਹਨਾ ਹੁਣ ਤੇ ਇੱਕ ਆਹ ਜੀ ਇਹ ਸਾਈਡ ਡੰਡੇ ਲੱਗੇ ਹੁੰਦੇ ਮੁਰਾੜਾਂ ਦੇ ਉਹ ਆ ਜੀ ਹਾਂ ਇਹਨਾਂ ਦਾ ਕੀ ਰੇਟ ਹੋ ਗਿਆ ਜੀ ਇਹ ਤਾਂ ਸਸਤੀ ਹੁੰਦੇ ਜੀ ਬੜੇ ਮਹਿੰਗੇ ਨਹੀਂ ਹੁੰਦੇ ਠੀਕ ਹੈ ਜੀ ਇਹ 1200 ਰੁਪਏ ਦੇ ਹੁੰਦੇ ਆ ਦੋਨੇ ਹਾਂਜੀ ਚਲੋ ਜੀ ਪਿੱਛੇ ਹੋਰ ਜੂ ਪੈ ਪਈਆਂ ਨੇ ਕਿਹੜੇ ਟਰੈਕਟਰ ਦੀ ਹੈਗੀ ਜੀ ਜਿਵੇਂ ਇੱਧਰ ਵਿੰਗ ਪਾਇਆ ਵਾ ਇਹਦੇ ਜੀ ਜਿੰਦੇ ਲੱਗ ਜਾਂਦੇ ਜੀ ਹਾਂਜੀ ਤੇ ਆਹ ਪੈਪ ਜਿਹੜੀ ਹੈਗੀ ਕਬੂਤਰ ਦੀ ਹੈ ਠੀਕ ਹੈ ਕਬੂਤਰ ਦੀ ਲਾ ਕੇ ਦੇਣੀ ਅੱਜ ਆਪਾਂ ਕਬੂਤਰ ਦੀ ਲਾ ਕੇ ਦੇਣੀ ਅੱਜ ਆਹ ਪੈਪ ਲੱਗੂ ਉਹਦੀ ਠੀਕ ਹੈ ਜੀ ਮੇਰੇ ਵਿੰਗ ਪਾਇਆ ਵਾ ਹੁੰਦਾ ਨਾ ਵੱਖਰੀ ਜੀ ਹੁੰਦੀ ਹੈ ਜੀ ਵੱਖਰੀ ਹੁੰਦੀ ਹੈ ਕਿਉਂਕਿ ਲੇਟੈਸਟ ਮਾਡਲ ਹੈ ਨਾ ਨਵੇਂ ਆਇਆ ਜੀ ਕਬੂਤਰ ਉਹਦੇ ਵਾਸਤੇ ਲਾ ਦੇ ਠੀਕ ਹੈ ਲੋ ਜੀ ਆਪਾਂ ਇੱਧਰ ਮਾਰੀਏ ਨਿਗਾ ਹੁਣ ਆਹ ਵੀ ਮੇਰੇ ਹਿਸਾਬ ਨਾਲ ਨਿਊ ਹੋਲੈਂਡ ਦੀ ਹੈਗੀ ਆ ਜੌਂਡੀਅਰ ਦੀ ਹੈਗੀ ਹੈਨਾ ਜੀ ਇੱਕ ਮੈਨੂੰ ਐਂ ਦੱਸੋ ਬਾਈ ਮੰਨ ਲਓ ਕਈ ਵਾਰੀ ਕਿਸੇ ਦੀ ਕਲਰ ਅਲੱਗ ਅਲੱਗ ਲੈਣਾ ਹੁੰਦਾ ਹੈ ਨਾ ਜੀ ਕਿਸੇ ਦੀ ਕੋਈ ਚੋਇਸ ਹੁੰਦੀ ਆ ਕਿਸੇ ਦਾ ਬਲੈਕ ਕਲਰ ਫੇਵਰੇਟ ਆ ਕਿਸੇ ਦਾ ਵਾਈਟ ਆ ਕੋਈ ਕੁਝ ਤੇ ਇਹ ਚੀਜ਼ ਕਲਰ ਵੀ ਅਗਲੇ ਦਾ ਫੇਵਰੇਟ ਦੇ ਦੋਗੇ ਉਹੀ ਹਾਂਜੀ ਹਾਂਜੀ ਕਲਰ ਜਿਹੜਾ ਮਰਜ਼ੀ ਵਾਈਟ ਕਲਰ ਤੋਂ ਲੈ ਕੇ ਸਾਰੇ ਕਲਰ ਮਿਲ ਜਾਂਦੇ ਆਪਣੇ ਕੋਲ ਅਵੇਲੇਬਲ ਸਾਰੇ ਕੁਝ ਆਹ ਕਲਰ ਸਾਰੇ ਆਪਣੇ ਇੱਧਰ ਪਏ ਮਤਲਬ ਐ ਨਹੀਂ ਹੈਗਾ ਜਿਵੇਂ ਇਹ ਜੌਂਡੀਅਰ ਦਾ ਕਲਰ ਹੈਗਾ ਜੀ ਕਿਸੇ ਨੂੰ ਮੰਨ ਲਓ ਕਿਸੇ ਨੂੰ ਹੁੱਡ ਦਾ ਕਈ ਵਾਰੀ ਇਹ ਵੀ ਹੁੰਦਾ ਨਾ ਜੀ ਵੀ ਹੁੱਡ ਦਾ ਕਲਰ ਕੋਈ ਹੋਰ ਚਾਹੀਦਾ ਹੁੰਦਾ ਉਹ ਜੀ ਹਾਂਜੀ ਹਾਂਜੀ ਉਹ ਵੀ ਮਿਲ ਜਾਂਦਾ ਜੀ ਪਰ ਐ ਜੌਂਡੀਅਰ ਤੇ ਜੱਜ ਦਾ ਹੀ ਹੈਗਾ ਜੀ ਹਾਂਜੀ ਜੇ ਕਸਟਮਰ ਦੀ ਡਿਮਾਂਡ ਹੁੰਦੀ ਹੈ ਆਪਾਂ ਵਾਈਟ ਕਲਰ ਦਾ ਲੈਣਾਗਾ ਵਾਈਟ ਵੀ ਮਿਲ ਜੂ ਆਪਣੇ ਕੋਲੇ ਠੀਕ ਹੈ ਟਾਈਟਲ ਸਾਹ ਨੂੰ ਲੱਗਦਾ ਜਿਹੜਾ ਸੋਹਣਾ ਲੱਗਦਾ ਉਹ ਸਾਹ ਨੂੰ ਮਿਲ ਜਾਂਦੀ ਚੀਜ਼ ਹਾਂਜੀ ਵੈਸੇ ਕਈ ਵਾਰੀ ਐ ਵੀ ਹੋ ਜਾਂਦਾ ਨਾ ਜੀ ਜਿਵੇਂ ਆਪਾਂ ਨੂੰ ਪਹਿਲਾਂ ਇੱਕ ਆਪਣੇ ਕੋਲ ਕਸਟਮਰ ਆਏ ਸੀਗੇ ਜੀ ਮੈਨੂੰ ਫੋਨ ਵੀ ਆਇਆ ਸੀ ਕਹਿੰਦੇ ਵੀ ਸਾਨੂੰ ਕਲਰ ਹੋਰ ਚਾਹੀਦਾ ਜੀ ਉਹ ਤੁਸੀਂ ਦੇਤਾ ਸੀ ਹਨਾ ਜੀ ਹਾਂਜੀ ਕਲਰ ਮਿਲ ਹਾਂਜੀ ਤੇ ਲੋ ਵੀ ਹੁਣ ਆਪਾਂ ਗਾਹਾਂ ਚੱਲਦੇ ਆ ਜੀ ਤੇ ਸਾਰੀਆਂ ਤੁਹਾਨੂੰ ਹੁੱਡ ਨਾਲ ਨਾਲ ਆਪਾਂ ਦਿਖਾਈ ਜਾਵਾਂਗੇ ਤੇ ਇਹ ਉਦੋਂ ਆ ਗਿਆ ਬਿਨਾ ਪ੍ਰੋਜੈਕਟਰ ਤੋਂ ਜੀ ਹਾਂ ਇਹ ਬਿਨਾ ਪ੍ਰੋਜੈਕਟਰ ਛੋਟੇ ਮਾਡਲ ਹੈ ਜੀ ਠੀਕ ਹੈ ਜੀ ਇਹ ਹੋਲੈਂਡ ਵਾਲੇ ਮਾਡਲ ਬਾਜੀ ਠੀਕ ਹੈ ਆਪਣੇ ਵਾਈਟ ਕਲਰ ਦੇ ਅੱਜ ਕੱਲ ਵਾਈਟ ਕਲਰ ਜ਼ਿਆਦਾ ਲੱਗਦਾ ਹੈ ਵਾਈਟ ਜ਼ਿਆਦਾ ਜੀ ਜਿਹੜੇ ਮਰਜ਼ੀ ਟਰੈਕਟਰ ਤੋਂ ਲੈ ਲਓ ਨਾ ਤੇ ਬਿਨਾ ਪ੍ਰੋਜੈਕਟਰ ਤੋਂ ਕੀ ਰੇਟ ਹੈ ਇਹਨਾਂ ਦਾ ਬਿਨਾ ਪ੍ਰੋਜੈਕਟਰ ਤੋਂ ਆਪਾਂ ਨੂੰ 12000 ਦੀ ਪੈਂਦੀ ਜੀ ਵਿੱਚ ਫਿੱਟ ਕਰਕੇ ਠੀਕ ਹੈ ਜੀ ਜੇ ਅਸੀਂ ਲੈ ਕੇ ਆਣੀ ਹੈ ਕਿ 11.5000 ਦੇ ਦਾਂਗੇ
ਉਹ ਸੋਨਾ ਲਿਕਾ ਦੀ ਪਈਆਂ ਗਈਆਂ ਸਵਰਾਜ ਦੀਆਂ ਪਈਆਂ ਗਈਆਂ ਹਾਲੈਂਡ ਦੀ ਸਾਰੀਆਂ ਪਈਆਂ ਬੈਂਗਲ ਵਾਲੇ ਪੈਪਾਂ ਜਿਵੇਂ ਹਾਲੈਂਡ ਤੇ ਲੱਗਦੀਆਂ ਗਈਆਂ ਇੱਧਰ ਪਈਆਂ ਗਈਆਂ ਵੀ ਦੇਖੋ ਅਲੱਗ ਅਲੱਗ ਟਰੈਕਟਰਾਂ ਦੇ ਪਏ ਆ ਮੇਰੇ ਹਿਸਾਬ ਨਾਲ ਭਾਜੀ ਸਵਰਾਜ ਦੀ ਡਿਮਾਂਡ ਵੱਧ ਆਈ ਅੱਜ ਕੱਲ੍ਹ ਹਨਾ ਹਾਂ ਸਵਰਾਜ ਤੁਹਾਨੂੰ ਪਤਾ ਹੀ ਆ ਤਾਂ ਹਾਂਜੀ ਸਵਰਾਜ ਵਿੱਚ ਝੋਟਾ ਕਹਿ ਦਿੰਦੇ ਆ ਉਹ ਗੱਲ ਹੋ ਗਈ ਹਨਾ ਟਮਾਟਰੀ ਬਹੁਤ ਵਧੀਆ ਹੋ ਗਈ ਟਮਾਟਰੀ ਤੇ ਲਓ ਜੀ ਹੁਣ ਅੰਦਰ ਚੱਲਦੇ ਆ ਆਪਾਂ ਹੈ ਤੇ ਬਾਈ ਨੇ ਕਹਿੰਦੇ ਬੈਡਰੂਮ ਦਾ ਗਦੈਲਾ ਦਾ ਥੱਲੇ ਆ ਤੇ ਉੱਤੇ ਹੁੱਡ ਪਏ ਨੇ ਸਾਰੇ ਤੇ ਓਕੇ ਰਿਪੋਰਟ ਕੀਤੀ ਪਈ ਆ ਤੇ ਕੀ ਗੱਲਬਾਤ ਆ ਬਾਈ ਇਹਨਾਂ ਦੀ ਜਿਵੇਂ ਇੱਕ ਉਹ ਛਤਰੀ ਦੇ ਇੱਕ ਸ਼ੀਸ਼ਾ ਲੱਗਿਆ ਬਾਈ ਸ਼ੀਸ਼ਾ ਹੀ ਹੈ ਨਾ ਉਹ ਹਾਂਜੀ ਉਹ ਬੈਕ ਲਾਈਟ ਆਈ ਉਹਦੀ ਛਤਰੀ ਦੀ ਠੀਕ ਹੈ ਜੀ ਸ਼ੀਸ਼ਾ ਵੀ ਦਿਖਾਵਾਂਗੇ ਸਾਨੂੰ ਆਪਾਂ ਉਹ ਵੀ ਹੈਗੇ ਆਪਣੇ ਕੋਲ ਇਹ ਵੀ ਪ੍ਰੋਜੈਕਟ ਵਾਲੇ ਮਾਡਲ ਸਾਰੇ ਆ ਮਾਡਲ ਪੇ ਜਨੇ ਆ ਪ੍ਰੋਜੈਕਟ ਨਾਲ ਹੀ ਆ ਜਨੇ ਸਾਨੂੰ ਨਿਗਾ ਜਾਂਦੇ ਦੂਰ ਤੱਕ ਹਾਂਜੀ ਉਹ ਗਾਂ ਕਰਕੇ ਦੇਖ ਲਓ ਪਰ ਪ੍ਰੋਜੈਕਟ ਵਾਲੇ ਮਾਡਲ ਠੀਕ ਹੈ ਜੀ ਆ ਪ੍ਰੋਜੈਕਟ ਨਾਲ ਹੀ ਪਏ ਹਨਾ ਸਾਰੀ ਉਹ ਇਹਨੇ ਡਿਮਾਂਡ ਜ਼ਿਆਦਾ ਹੁਣ ਹਾਂਜੀ ਸਹੀ ਤੇ ਲੋ ਜੀ ਇੱਧਰ ਪੇਟੀਆਂ ਪਈਆਂ ਨੇ ਹੈ ਤੇ ਪਹਿਲਾਂ ਆਪਾਂ ਹੁੱਡ ਦੇਖ ਲਈਏ ਕੀ ਗੱਲਬਾਤ ਆ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਬਾਈ ਆਪਾਂ ਪੇਟੀਆਂ ਦਿਖਾਈਏ ਮਿਊਜ਼ਿਕ ਸਿਸਟਮ ਵੱਡੇ ਹਨਾ ਜੀ ਪੇਟੀਆਂ ਦਿਖਾਵਾਂਗੇ ਵੱਡੇ 15-15 ਇੰਚੀ 20-21 ਇੰਚੀ ਸਾਰੇ ਦਿਖਾਵਾਂਗੇ ਆਪਾਂ ਜੀ ਸਪੀਕਰ ਵਾਲੀਆਂ ਵੱਡੀਆਂ ਵੱਡੀਆਂ ਪੇਟੀਆਂ 16-16 ਵਾਲੀਆਂ ਜੀ ਉਹ ਦਿਖਾਵਾਂਗੇ ਅਗਲੀਆਂ ਵੀਡੀਓ 'ਚ ਬਾਈ ਦੀਆਂ 'ਚ ਤੇ ਆ ਜਾਓ ਫਿਰ ਇੱਧਰ ਆਪਾਂ ਬੈਕ ਮੋੜਿਆ ਜੀ ਦੁਬਾਰੇ ਹਨਾ ਤੇ ਇੱਕ ਇੱਧਰ ਬਾਈ ਦਾ ਮੇਰੇ ਹਿਸਾਬ ਨਾਲ ਡਰਾਇੰਗ ਰੂਮ ਆ ਹੈ ਇੱਧਰ ਡਰਾਇੰਗ ਰੂਮ 'ਚ ਵੀ ਬਾਈ ਹੁੱਡ ਤਾਂ ਰੱਖੇ ਨੇ ਹੈ ਇਹ ਆਪਣਾ ਪਹਿਲਾਂ ਲੱਗਾ ਰਿਹਾ ਜੀ ਪੁਰਾਣਾ ਹੈ ਹਾਂਜੀ ਅਸੀਂ ਹੁਣ ਕੋਠੀ ਮਿਲ ਕੇ ਹੋਰ ਸ਼ਿਫਟ ਹੋ ਗਏ ਕਿਸੇ ਹਾਂਜੀ ਸ਼ੀਸ਼ੇ ਪਏ ਨੇ ਸ਼ੀਸ਼ਾ ਦਿਖਾਓ ਜੀ ਕੱਢ ਕੇ ਕੀ ਗੱਲਬਾਤ ਹੈ ਜੇ ਕੱਲਾ ਸ਼ੀਸ਼ਾ ਲੈਣਾ ਹੋਵੇ ਕਿੰਨੇ ਦਾ ਬਾਈ ਇਹ ਲੋ ਬਾਈ ਕਹਿੰਦੇ ਚੱਕਰੀ ਕੋਈ ਨਹੀਂ ਲੈ ਇਹ ਸ਼ੀਸ਼ਾ ਹੈ ਨਾਲ ਤਾਂ ਸ਼ੀਸ਼ਾ ਛੋਟਾ ਗਾ ਜੀ ਐ ਨਹੀਂ ਗਾ ਜਿਹੜੇ ਵੱਡੇ ਸ਼ੀਸ਼ੇ ਆਉਂਦੇ ਹੈਗੇ ਉਹ ਚੜ੍ਹ ਨੂੰ ਲੱਗੇ ਦਿੱਕਤ ਆਉਂਦੀ ਹੈਗੀ ਹਾਂਜੀ ਕਸਿਆ ਵੀ ਸੁੱਕ ਹੀ ਜਾਂਦਾ ਜੀ ਆ ਬਸ ਦੋ ਨਟ ਖੋਲ ਕੇ ਬਸ ਇੱਕ ਨਟ ਖੋਲਣ ਲੋੜ ਨਟ ਵੀ ਖੋਲਣ ਲੋੜ ਨਹੀਂ ਨਟ ਵਿੱਚ ਦੀ ਪਾ ਕੇ ਇਹਦੇ ਐਂ ਕਸਿਆ ਜਾਂਦਾ ਬਸ ਸਿੱਧਾ ਬਸ 2 ਮਿੰਟਾਂ ਦਾ ਕੰਮ ਹੀ ਆ ਨਾ ਹਾਂਜੀ ਪੈਪ ਦੇ ਨਾਲ ਕਸਿਆ ਜਾਂਦਾ ਠੀਕ ਹੈ ਜੀ ਤੇ ਆ ਉਹ ਕਾਬਲੇ ਪਏ ਨੇ ਜੀ ਹਨ ਜਿਹੜੇ ਆਪਣੇ ਜੂ ਪੈਪ ਤੇ ਕਸੇ ਜਾਂਦੇ ਨੇ ਜੌਂਡੀਆ ਟੈਪ ਤੇ ਲਾ ਦੇ ਜੀ ਠੀਕ ਹੈ ਜੌਂਡੀ ਵਾਲਾ ਆ ਬੱਤੀ ਪਈ ਹੈਗੀ ਆ ਬੱਤੀਆਂ ਦਾ ਬਾਈ ਜਿਵੇਂ ਅਲੱਗ ਅਲੱਗ ਕਲਰ ਮਿਲ ਜੂਗਾ ਹਾਂਜੀ ਜਿਹੜਾ ਮਰਜ਼ੀ ਕਲਰ ਰੈੱਡ ਕਲਰ ਯੈਲੋ ਕਲਰ ਸਾਰੇ ਮਿਲ ਜਾਣ ਠੀਕ ਹੈ ਲੋ ਵੀ ਕੋਈ ਵੀ ਆਈਟਮ ਅਲੱਗ ਅਲੱਗ ਲੈਣੀਆਂ ਤੇ ਬੇਫਿਕਰ ਹੋ ਕੇ ਆ ਜਾਓ ਬਾਈ ਹੁਣਾਂ ਕੋਲੇ ਰੈੱਡ ਕਲਰ ਦੀ ਡਿਮਾਂਡ ਜ਼ਿਆਦਾ ਰੈੱਡ ਕਲਰ ਰੈੱਡ ਦੀ ਜ਼ਿਆਦਾ ਇਹਦੇ ਵੀ ਫਿਰ ਇੱਕ ਸਕਰੂ ਕਸਿਆ ਜਾਂਦਾ ਹੋਊ ਜੀ ਹਾਂਜੀ ਬਸ ਤਿੰਨ ਸਕਰੂ ਲਾਦੇ ਇਹਦਾ ਪੱਕਾ ਕੰਮ ਹੀ ਹੁੰਦਾ ਜੀ ਤੇ ਬੱਤੀ ਲਾ ਕੇ ਪੱਕਾ ਕੰਮ ਹੀ ਹੋਣਾ ਠੀਕ ਹੈ ਜੀ ਲੋ ਜੀ ਕਈਆਂ ਦੀਆਂ ਬੱਤੀਆਂ ਰਾਹ 'ਚ ਡਿੱਗ ਲੈ ਕੇ ਡਿੱਗਦੀਆਂ ਉਹ ਕੰਮ ਨਹੀਂ ਕਰਦੀ ਹਾਂਜੀ ਕਈ ਵਾਰ ਰਾਹ 'ਚ ਡਿੱਗੀਆਂ ਦੇਖੀਆਂ ਸਹੀ ਗੱਲ ਹੈ ਛਤਰੀ ਲਵਾ ਕੇ ਲੈ ਕੇ ਆਏ ਕਿਸੇ ਤੋਂ ਹਾਂਜੀ ਬੱਤੀ ਜੀ ਲਾਹ 'ਚ ਰਹਿ ਕੇ ਡਿੱਗਦੀ ਉਹ ਕੰਮ ਨਹੀਂ ਹੁੰਦਾ ਠੀਕ ਹੈ ਜੀ ਐ ਨਾ ਬੰਦਾ ਪੈਸੇ ਲਾਉਂਦਾ ਹੈਗਾ ਸਹੀ ਗੱਲ ਹੈ ਸਵਾਦ ਵੀ ਲਾਵੇ ਹਰੇਕ ਦੇ ਮਿਹਨਤ ਦੇ ਰੁਪਈਏ ਆ ਜੀ ਹਨਾ ਤੁਸੀਂ ਵੀ ਮਿਹਨਤ ਕਰਨੀ ਆ ਜੀ ਅਗਲੇ ਨੇ ਵੀ ਮਿਹਨਤ ਕਰਕੇ ਲਵਾਉਣੀ ਆ ਜੀ ਜੇ ਆਪਾਂ ਕੰਮ ਸਹੀ ਤਰੀਕੇ ਨਾਲ ਕਰਕੇ ਦੇਵਾਂਗੇ ਜੀ ਫੇਰ ਹੀ ਆ ਜੀ ਹਨਾ ਤੇ ਬਾਕੀ ਆਪਾਂ ਕਿਸੇ ਨਿੰਦੇ ਨਹੀਂਗੇ ਵੀ ਆਵਾਂਗੇ ਕਿਸੇ ਦੁਕਾਨ ਦਾ ਨਿੰਦੇ ਫਿਰ ਐ ਜਿਹੜਾ ਪੈਸੇ ਲਾਉਂਦਾ ਹੈਗਾ ਉਹਨੂੰ ਪੱਕਾ ਕੰਮ ਕਰਕੇ ਦਿਓ ਬਸ ਹਾਂਜੀ ਠੀਕ ਹੈ ਸਹੀ ਹੈ ਜੀ ਤੇ ਲੋ ਬਾਈ ਤੇ ਤੁਹਾਨੂੰ ਪਤਾ ਹੀ ਆ ਬਾਕੀ ਹਨਾ ਤੇ ਇੱਧਰ ਬਾਈ ਜੀ ਆਹਾ ਜੀ ਆ ਸਪੋਟਾਂ ਕਿਵੇਂ ਪਈਆਂ ਜੀ ਸਪੋਟਾਂ ਹੈ ਬਸ ਛਤਰੀ ਨਾਲ ਲੱਗਦੀਆਂ ਨਾ ਜੀ ਠੀਕ ਹੈ ਜੀ ਇਹ ਵੀ ਉਹੀ ਹੈਗੀ ਜੀ ਹਨਾ ਲੋ ਇੱਧਰ ਸਪੀਕਰ ਪਏ ਨੇ ਤੁਹਾਨੂੰ ਦੱਸਿਆ ਸਪੀਕਰਾਂ ਦੀ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਲੋ ਜੀ ਹੁਣ ਆਪਾਂ ਚੱਲ ਗਏ ਜੀ ਉੱਪਰ ਹਾਂਜੀ ਹਾਂਜੀ ਜਿਹੜਾ ਕੁਝ ਵੀ ਨਹੀਂ ਪਤਾ ਹੈ ਜੀ ਇਹ ਜੂ ਪੈਪ ਆ ਗਈਆਂ ਹਾਂ ਜੀ ਇਹ ਤਾਂ ਦੇਖ ਹੀ ਲਈਆਂ ਸੀ ਆਪਾਂ ਜੀ ਹਨਾ ਤੇ ਲੋ ਵੀ ਜਿਹੜਾ ਕੁਝ ਨਹੀਂ ਵੀ ਤੁਹਾਨੂੰ ਪਤਾ ਲੱਗ ਰਿਹਾ ਤੇ ਕਮੈਂਟ ਕਰੀ ਜਾਓ ਤੁਹਾਨੂੰ ਕਮੈਂਟਾਂ ਦਾ ਰਿਪਲਾਈ ਬਾਈ ਜੀ ਕਰੀ ਜਾਓਗੇ ਨਾਲ ਨਾਲ ਹਾਂਜੀ ਹਾਂਜੀ ਨਾਲ ਨਾਲ ਕਰਾਂਗੇ ਠੀਕ ਹੈ ਜੀ ਤੇ ਬਾਕੀ ਅੱਛਾ ਆਹ ਸੈਕਿੰਡ ਹੈਂਡ ਐਂ ਰੱਖ ਜਾਂਦੇ ਆ ਜੀ ਇਹ ਸੈਕਿੰਡ ਹੈਂਡ ਵੀ ਲਾ ਦੋਗੇ ਬਾਈ ਜੀ ਜੇ ਕਿਸੇ ਨੇ ਲਵਾਉਣੀ ਹੋਵੇ ਕਈ ਵਾਰੀ ਘੱਟ ਬਜਟ ਬਹੁਤ ਘੱਟ ਹੁੰਦਾ ਜੀ ਸੈਕਿੰਡ ਹੈਂਡ ਬਾਕੀ ਇਹਦੇ ਕਲਰ ਕੁਲਰ ਹੋ ਕੇ ਵੀ ਵਧੀਆ ਬਣ ਸਕਦੀ ਹੈ ਜੀ ਇਹ ਨਵੀਂ ਬੰਦੇ ਜਿਵੇਂ ਕਲਰ ਕਰਕੇ ਠੀਕ ਹੈ ਜੀ ਤੇ ਲੋ ਬਾਈ ਦਾ ਬਾਕੀ ਨੰਬਰ ਵੀ ਡਿਸਕ੍ਰਿਪਸ਼ਨ 'ਚ ਪਿਆ ਤੇ ਇੱਧਰ ਆਹ ਛੋਟੀ ਹੁੱਡ ਪਈ ਹੈ ਜੀ ਹੈ ਇਹਦਾ ਸਾਈਜ਼ ਬਾਹਲਾ ਛੋਟਾ ਜੀ ਠੀਕ ਹੈ ਜੀ ਇਹ ਕੀ ਪ੍ਰਾਈਸ ਪੈ ਜੂ ਜੀ ਫਿਰ ਆਪਾਂ ਨੂੰ ਛੋਟਾ ਸਾਈਜ਼ ਰਿਜਨਲ ਇਹ 10,000 ਦੇ ਨੇ ਵਿੱਚ ਫਿੱਟ ਕਰਕੇ ਠੀਕ ਹੈ ਜੀ
ਮੇਰੇ ਬਚਾਰੇ ਨੂੰ ਸੋਈ ਜਾਂਦੀ ਹੈ ਫਿਰ ਉਹ ਮਾੜਾ ਹਲਕਾ ਲੱਗਿਆ ਮੇਰਾ ਠੀਕ ਹੈ ਜੀ ਐਂ ਫਿਰ ਬਾਅਦ ਦਿੱਕਤ ਆਉਣ ਲੱਗ ਗਈ ਛੱਤਰੀ ਲੱਗੀ ਹੁੰਦੀ ਇਹ ਜੀ ਪ੍ਰੋਬਲਮ ਖੜੀ ਹੋਈ ਠੀਕ ਹੈ ਜੀ ਤੇ ਇੱਕ ਇੱਧਰ ਆਹ ਬੈਡਰੂਮਾਂ 'ਚ ਦੇਖਦੇ ਹਾਂ ਕੀ ਪਿਆ ਮਤਲਬ ਉੱਧਰ ਸਪੀਕਰ ਪਏ ਨੇ ਹੈ ਪੇਟੀਆਂ ਪਈਆਂ ਬਾਈ ਦੀਆਂ ਅਤੇ ਮੇਰੇ ਹਿਸਾਬ ਨਾਲ ਸਾਰੇ ਇੰਚ ਵੀ ਪਈ ਆ ਠੀਕ ਹੈ ਜੀ ਅਤੇ ਉੱਪਰਲੀ ਲੋਬੀ 'ਚ ਫੇਰ ਹੁੱਡ ਪਏ ਨੇ ਹੈ ਵਾਹ ਜੀ ਵਾਹ ਅਤੇ ਇੱਧਰ ਆਹ ਬੈਡਰੂਮ 'ਚ ਵੀ ਬਾਈ ਸਪੀਕਰ ਪਏ ਨੇ ਪੇਟੀਆਂ ਹੀ ਹੈ ਠੀਕ ਹੈ ਅਤੇ ਇੱਥੇ ਬਾਈ ਹੁਣੀ ਰਿਪੇਅਰ ਕਰਦੇ ਹੁੰਦੇ ਹੈਗੇ ਹੈ ਅਤੇ ਲੋਕ ਬਾਈ ਨੇ ਆਪਾਂ ਨੂੰ ਸਾਰਾ ਕੁਝ ਦਿਖਾਤਾ ਹੈ ਨਾ ਅਤੇ ਬਹੁਤ ਵਧੀਆ ਸੁਭਾਅ ਬਾਈ ਦਾ ਆਪਾਂ ਪਹਿਲਾਂ ਤੁਸੀਂ ਵੀਡੀਓ 'ਚ ਬਾਕੀ ਦੇਖ ਹੀ ਰਹੇ ਹੋ ਅਤੇ ਬਾਕੀ ਬਾਈ ਤੋਂ ਫੋਨ ਨੰਬਰ ਲੈਂਦੇ ਹਾਂ ਆਪਾਂ ਅਤੇ ਹੋਰ ਨੌਲੇਜ ਲੈਂਦੇ ਹਾਂ ਆਪਾਂ ਹੈ ਨਾ ਅਤੇ ਕੀ ਗੱਲਬਾਤ ਆ ਬਾਈ ਜੀ ਹੋਰ ਕੀ ਸਿਸਟਮ ਹੈਗਾ ਇਹ ਕੀ ਡਿਸਕਾਊਂਟ ਕਰਕੇ ਦਿੰਦੇ ਹੋ ਤੁਸੀਂ ਹੈ ਨਾ ਅਗਲੇ ਨੂੰ ਕੋਈ ਦੂਰ ਤੋਂ ਆਉਂਦਾ ਕੋਈ ਨੇੜੇ ਤੋਂ ਆਉਂਦਾ ਮੰਨ ਲਓ ਕਿਸੇ ਨੇ ਜਲੰਧਰ ਤੋਂ ਆਉਣਾ ਜੀ ਸਿਸਟਮ ਲਗਾਉਣ ਹੈ ਨਾ ਅਤੇ ਪਹਿਲਾਂ ਫੋਨ 'ਤੇ ਕੀ ਟਾਈਮ ਦਿੰਦੇ ਹੋ ਕਿੰਨੀ ਕੁ ਦਿਨ ਲੰਘਾਉਣੇ ਹੋਗੇ ਵੀ ਬੜਾ ਟਾਈਮ ਨਾਲ ਵੇਟ ਕਰਨੀ ਪਵੇ ਅਤੇ ਇੱਕ ਫੋਨ ਨੰਬਰ ਇਹ ਚੀਜ਼ ਦੱਸੋ ਜੀ ਆਪਾਂ ਨੂੰ ਸਾਰੇ ਜ਼ਰੂਰੀ ਹੈ ਜੀ ਹੈ ਨਾ ਪਹਿਲੀ ਗੱਲ ਸਾਡੇ ਕੋਲ ਸਿਸਟਮ ਸਾਰਾ ਕੁਝ ਰੈਡੀ ਹੁੰਦਾ ਜੀ ਹਾਂਜੀ ਜਿਵੇਂ ਕਿਸੇ ਨੇ ਮਿਊਜ਼ਿਕ ਸਿਸਟਮ ਲਗਾਉਣਾ ਹੈਗਾ ਠੀਕ ਹੈ ਜੀ ਆਪਣੇ ਕੋਲ ਪੇਟੀ ਫਿੱਟ ਕਰਕੇ ਰੱਖ ਲੈਣਾ ਪਹਿਲਾਂ ਅਸੀਂ ਅੱਛਾ ਫਿਰ ਨਾਲ ਦੀ ਨਾਲ ਤੋਰ ਦਿੰਦੇ ਬੰਦੇ ਨੂੰ ਐਂ ਨਹੀਂ ਗਾ ਵੀ ਕਹੋਗੇ ਬਈ ਬੈਠੋ ਤੁਸੀਂ ਕੋਈ ਗੱਲ ਨਹੀਂ ਸਾਰਾ ਦਿਨ ਲਾ ਦਾਂਗੇ ਜਾਂ ਹੋਰ ਉਹ ਕੰਮ ਨਹੀਂ ਗਾ ਜੀ ਜਿੰਨਾ ਸਾਡਾ ਜਿੰਨਾ ਜ਼ੋਰ ਲਾਦਾ ਅਸੀਂ ਲਾ ਦਿੰਦੇ ਹਾਂ ਬਸ ਆਪਦੇ ਵੱਲ ਠੀਕ ਹੈ ਜੀ ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਰਿਹਾ ਪਹਿਲਾਂ ਹੀ ਬਾਈ ਦੇ ਨਾਲ ਬਾਈ ਦੇ ਵੱਡੇ ਭਰਾ ਹੁੰਦੇ ਨੇ ਅੰਕਲ ਜੀ ਹੁੰਦੇ ਨੇ ਬਾਈ ਦੇ ਡੈਡੀ ਜੀ ਅਤੇ ਤਿੰਨਾਂ ਨੇ ਪੂਰਾ ਕੰਮ ਸੰਭਾਲਿਆ ਹੋਇਆ ਹੈ ਨਾ ਬਾਈ ਅਤੇ ਐਂ ਨਹੀਂ ਹੈਗੇ ਵੀ ਕਸਟਮਰ ਖੜਾ ਹੋਊਗਾ ਅਤੇ ਬਾਈ ਅਰਗੇ ਵੀ ਬੱਜਿਆ ਦਾ ਟਾਈਮ ਲਾਉਣਗੇ ਅਤੇ ਮਤਲਬ ਪਹਿਲਾਂ ਫੋਨ ਕਰਤਾ ਅਤੇ ਤੁਸੀਂ ਉੱਧਰੋਂ ਰੈਡੀ ਕਰ ਦਿੰਦੇ ਹੋ ਤੁਹਾਡੇ ਕੋਲ ਪਹਿਲੇ ਰੈਡੀ ਹੁੰਦੇ ਜੀ ਫੋਨ ਕਰਨ ਤੋਂ ਪਹਿਲੇ ਰੈਡੀ ਕਰਕੇ ਰੱਖ ਲੈਣੇ ਆ ਠੀਕ ਹੈ ਜੀ ਕਿਉਂਕਿ ਕਈ ਕਸਟਮਰ ਬਿਨਾਂ ਫੋਨ ਕੀਤੇ ਵੀ ਆ ਜਾਂਦੇ ਆ ਤੁਹਾਨੂੰ ਫਿਰ ਉਹ ਵੀ ਦੇਖਣਾ ਪੈਂਦਾ ਇਹ ਵੀ ਗਈ ਸਹੀ ਆ ਫਿਰ ਅਸੀਂ ਐਂ ਨਹੀਂ ਕਹਾਂ ਵੀ ਤੁਸੀਂ ਫੋਨ ਕਰਕੇ ਕਿਉਂ ਨਹੀਂ ਆਏ ਐਂ ਨਹੀਂ ਕਹਿੰਦੇ ਸੀ ਪਹਿਲਾਂ ਅਸੀਂ ਤਿਆਰ ਕਰਕੇ ਰੱਖ ਲੈਂਦੇ ਹਾਂ ਜਦੋਂ ਕਹਿੰਦਾ ਵੀ ਕਸਟਮਰ ਨੇ ਤੁਸੀਂ ਆਹ ਸਿਸਟਮ ਲਾ ਦਿਓ ਲਾ ਦਿੰਦੇ ਹੋ ਠੀਕ ਹੈ ਜੀ ਲੋ ਜੀ ਦੂਰ ਵਾਲਿਆਂ ਲਈ ਵੀ ਅਤੇ ਨੇੜੇ ਵਾਲਿਆਂ ਲਈ ਵੀ ਅਤੇ ਆਪਣੀ ਦੱਸ ਜ਼ਰੂਰ ਦਿਓ ਹੈ ਨਾ ਵੀ ਵੀਡੀਓ ਦੇਖ ਕੇ ਆਏ ਹੈਗੇ ਸਿੱਧੂ ਮਹਾਰਾਜ ਦੀ ਭਰਾ ਦੀ ਅਤੇ ਖਾਸ ਡਿਸਕਾਊਂਟ ਬਾਈ ਨੇ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਅਤੇ ਬਾਈ ਇੱਕ ਫੋਨ ਨੰਬਰ ਦੱਸ ਦਿਓ ਜੀ ਹੈ ਨਾ ਅਤੇ ਇੱਕ ਟਾਈਮਿੰਗ ਦੱਸ ਦਿਓ ਥੋੜ੍ਹਾ ਜਿਹਾ ਵੀ ਮੰਨ ਲਓ ਕਿੰਨੇ ਟਾਈਮ 'ਚ ਕੋਰੀਅਰ ਪਹੁੰਚ ਜਾਂਦਾ ਅਗਲੇ ਕੋਲ ਜੀ ਡਿਪੈਂਡ ਕਰਦਾ ਜੀ ਕਿਹੜੀ ਕੰਟਰੀ 'ਚ ਭੇਜਣਾ ਕਿਹੜੇ ਪਾਸੇ ਭੇਜਣਾ ਹਾਂਜੀ ਠੀਕ ਹੈ ਜਿਵੇਂ ਕਿਸੇ ਸਟੇਟ ਦਾ ਦੂਰ ਹੁੰਦੇ ਥੋੜ੍ਹੀ ਉੱਥੇ ਥੋੜ੍ਹਾ ਟਾਈਮ ਵੱਧ ਵੀ ਲੱਗ ਸਕਦਾ ਬਾਕੀ ਐਸਟੀਮੇਟ 3-4 ਦਿਨਾਂ 'ਚ ਜਾਂ 5 ਦਿਨਾਂ ਦੇ ਸਮਾਨ ਪਹੁੰਚੂਗਾ ਠੀਕ ਹੈ ਜੀ ਪਹਿਲਾਂ ਵੀ ਜਿੰਨਾ ਸਮਾਨ ਭੇਜਿਆ ਭਾਵੇਂ ਉੱਤਰ ਪ੍ਰਦੇਸ਼ ਉੱਤਰਾਖੰਡ ਗੁਜਰਾਤ ਜਿੰਨੇ ਭੇਜੇ ਗਏ ਹਾਂਜੀ ਸਾਰਾ ਸਮਾਨ ਮਿਲ ਕੇ ਉਸ ਹਿਸਾਬ ਨਾਲ ਭੇਜਿਆ ਠੀਕ ਹੈ ਜੀ ਕੈਨੇਡਾ ਠੀਕ ਹੈ ਜੀ ਜੇ ਆਪਾਂ ਮੰਨ ਲਓ 12 ਇੰਚੀ ਪੇਟੀ ਭੇਜਣੀ ਹੈ ਜੀ ਕੈਨੇਡਾ 'ਚ ਕਿੰਨੇ ਦਿਨਾਂ 'ਚ ਜਾਵੜੂ ਜੀ ਕੈਨੇਡਾ 'ਚ ਤਾਂ ਪ੍ਰੋਸੈਸ ਥੋੜ੍ਹਾ ਵੱਡਾ ਹੁੰਦਾ ਗਾ ਹਾਂਜੀ ਲੱਗੇ ਆਏ ਮੈਂ 20-25 ਦਿਨ ਜਾਂ 15-20 ਦਿਨ ਲੱਗ ਸਕਦੇ ਇਸ ਮੈਂ ਠੀਕ ਹੈ ਜੀ ਅਤੇ USA 'ਚ ਜੀ ਹਾਂਜੀ ਹਾਂਜੀ USA 'ਚ ਵੀ ਇੰਨੇ ਦਿਨਾਂ 'ਚ ਕਿਉਂਕਿ ਪਹਿਲਾਂ ਸਿਸਟਮ ਲੈ ਕੇ ਟਰੈਕਟਰ ਤਿਆਰ ਕਰਕੇ ਭੇਜਿਆ ਪਹਿਲਾਂ ਆਪਾਂ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੀ ਸਿਸਟਮ ਹੁੰਦਾ ਗਾ ਠੀਕ ਹੈ ਲਓ ਵੀ ਕੈਨੇਡਾ ਅਮਰੀਕਾ USA Australia ਵਾਲਿਓ ਅਤੇ ਕਰ ਲਿਓ ਬਾਈ ਦਾ ਨੰਬਰ ਨੋਟ ਬਾਈ ਜੀ ਕਿੰਨਾ ਨੰਬਰ ਹੈ ਜੀ 7 5 8 9 4 ਠੀਕ ਹੈ ਜੀ 3 1 4 3 3 ਇੱਕ ਵਾਰੀ ਪੰਜਾਬੀ 'ਚ ਬੋਲ ਦਿਓ ਜੀ 7894 31 4 3 ਠੀਕ ਲਓ ਜੀ ਇੰਗਲਿਸ਼ ਪੰਜਾਬੀ 'ਚ ਬਾਈ ਨੇ ਦੋਨਾਂ 'ਚ ਹੀ ਬੋਲਤਾ ਇੱਕ ਵਾਰ ਹੋਰ ਬੋਲ ਦਿਓ ਬਾਈ ਜੀ ਜਿੰਨਾ ਨਹੀਂ ਨੋਟ ਕਰ ਲਿਆ ਕੀਤਾ ਬਾਈ ਛੇਤੀ ਛੇਤੀ ਕਰ ਲਓ 7584 93 4 33 ਠੀਕ ਹੈ ਗੁਰਮੀ ਮਿਊਜ਼ਿਕ ਸੈਂਟਰ ਰਾਮਪੁਰਾਪੁਰ ਅਤੇ ਲਓ ਜੀ ਕਰ ਲਓ ਨੰਬਰ ਬਾਈ ਦਾ ਨੰਬਰ ਵੀ ਡਿਸਕ੍ਰਿਪਸ਼ਨ 'ਚ ਪਿਆ ਅਤੇ ਇੱਕ ਗੱਲ ਹੋਰ ਹੁਣ ਜਾਂਦੇ ਜਾਂਦੇ ਇੱਕ ਚੀਜ਼ ਨਾ ਭੁੱਲ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬਾਈ ਨੇ ਪੂਰਾ ਵਧੀਆ ਆਪਾਂ ਨੂੰ ਦੱਸਿਆ ਹੈਗਾ ਅਤੇ ਆਪਣੀ ਵੀਡੀਓ ਤੁਹਾਨੂੰ ਪਤਾ ਆਉਂਦੀਆਂ ਰਹਿੰਦੀਆਂ ਨੇ ਅਤੇ ਚਲੋ ਠੀਕ ਆ ਬਾਈ ਜੀ ਫਿਰ ਮਿਲਦੇ ਜੀ ਹੁਣ ਆਪਾਂ ਫਿਰ ਅਗਲੀਆਂ ਵੀਡੀਓ 'ਚ ਓਕੇ ਜੀ ਧੰਨਵਾਦ ਜੀ ਠੀਕ ਹੈ ਓਕੇ